6 ਮਹੀਨਿਆਂ ਤੋਂ ਨਗਰ ਕੌਂਸਲ ਮਾਨਸਾ ਦੇ ਖਾਲੀ ਪਏ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦਿਆਂ ਲਈ ਕੌਂਸਲਰ ਮਨਜੀਤ ਸਿੰਘ ਮਿੱਤਾ ਅਤੇ ਗੁਰਦੀਪ ਸਿੰਘ ਨੂੰ ਚੁਣ ਲਿਆ ਗਿਆ ਹੈ। ਪਰੰਤੂ ਨਗਰ ਕੌਂਸਲ ਪ੍ਰਧਾਨ ਦੀ ਕੁਰਸੀ ਪਿਛਲੇ 1.5 ਸਾਲ ਤੋਂ ਖਾਲੀ ਪਈ ਹੈ। ਉੱਥੇ ਸਾਬਕਾ ਪ੍ਰਧਾਨ ਦਾ ਕਹਿਣਾ ਹੈ ਕਿ ਸ਼ਹਿਰ ਦੀ ਬਦਹਾਲ ਵਿਵਸਥਾ ਨੂੰ ਸੁਧਾਰਨ ਲਈ ਸਮੂਹ ਕੌਂਸਲਰ ਧੜੇਬੰਦੀ ਤੋਂ ਉੱਪਰ ਉੱਠ ਕੇ ਕੰਮ ਕਰਨ। ਨਗਰ ਕੌਂਸਲ ਮਾਨਸਾ ਦੀ ਜਿਹੜੀ ਚੋਣ ਹੋਈ ਉਹਦੇ ਵਿੱਚ ਟੋਟਲ 28 ਵੋਟਾਂ ਪਈਆਂ। 28 ਵੋਟਾਂ 'ਚੋਂ 15 ਵੋਟਾਂ ਸ਼੍ਰੀ ਮਨਜੀਤ ਸਿੰਘ ਮੀਤਾ ਜੀ ਨੂੰ ਪਈਆਂ ਅਤੇ 13 ਵੋਟਾਂ ਸ਼੍ਰੀ ਗੁਰਦੀਪ ਸਿੰਘ ਦੀਪਾ ਜੀ ਨੂੰ ਪਈਆਂ। ਇਸ ਕਰਕੇ 1994 ਦੇ ਮਿਊਨਸੀਪਲ ਇਲੈਕਸ਼ਨ ਰੂਲਸ ਦੇ ਤਹਿਤ ਅਸੀਂ ਸ਼੍ਰੀ ਮਨਜੀਤ ਸਿੰਘ ਮੀਤਾ ਜੀ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਸ਼੍ਰੀ ਗੁਰਦੀਪ ਸਿੰਘ ਦੀਪਾ ਜੀ ਨੂੰ ਵਾਈਸ ਪ੍ਰੈਜ਼ੀਡੈਂਟ ਡਿਕਲੇਅਰ ਕਰ ਦਿੱਤਾ। ਅੱਜ ਜਿਹੜੀ ਚੋਣ ਹੋਈ ਹੈ ਇਹ ਸ਼ਹਿਰ ਦੀਆਂ ਸਮੱਸਿਆ ਨੂੰ ਦੇਖਦੇ ਹੋਏ ਜਿਹੜੀ ਹੈਗੀ ਹੈ ਇਹ ਹਾਈ ਕੋਰਟ 'ਚ ਰਿੱਟ ਪਾਈ ਗਈ ਸੀਗੀ ਉਹਦੇ ਤਹਿਤ ਜਿਹੜੀ ਚੋਣ ਹੋਈ ਹੈ ਅੱਜ ਜਿਹਦੇ ਵਿੱਚ ਦੋ ਸਾਡੇ ਅਸੀਂ ਚਾਹੁੰਦੇ ਸੀ ਜਿਹੜੀ ਸਾਡੀ ਚੋਣ ਹੈ ਸਰਵਸੰਮਤੀ ਦੇ ਨਾਲ ਹੋਵੇ ਵੀ ਸ਼ਹਿਰ ਦਾ ਵਿਕਾਸ ਹੋ ਸਕੇ ਪਰ ਜੋ ਕੁਛ ਸਾਡੇ ਕੌਂਸਲਰਾਂ ਨੂੰ ਇਹ ਮਨਜ਼ੂਰ ਨਹੀਂ ਸੀਗਾ ਉਹਦੇ ਵਿੱਚ ਸਾਡੇ ਮੀਤਾ ਜੀ ਜਿਹੜੇ ਹੈਗੇ ਨੇਗੇ ਉਹ ਕੈਂਡੀਡੇਟ ਸੀਗੇ ਅਤੇ ਉੱਧਰੋਂ ਗੁਰਦੀਪ ਸਿੰਘ ਦੀਪਾ ਸੀਗੇ ਜਿਹਦੇ ਵਿੱਚ ਉਹ 15 ਵੋਟਾਂ ਨੇ ਜਿਹੜੀਆਂ ਉਹ ਇਹਨਾਂ ਨੂੰ ਪਈਆਂ ਨੇਗੀਆਂ ਮੀਤਾ ਜੀ ਨੂੰ ਪਈਆਂ ਨੇ ਅਤੇ 13 ਵੋਟਾਂ ਉਹਨਾਂ ਨੂੰ ਪਈਆਂ ਨੇ ਜਿੱਥੇ ਹੁਣ ਗੱਲ ਹੈਗੀ ਹੈ ਅਸੀਂ ਇਹਨਾਂ ਨੂੰ ਇੱਕ ਤਾਂ ਵਧਾਈ ਦਿੰਦੇ ਹਾਂ ਅਸੀਂ ਇੱਕ ਗੱਲ ਚਾਹੁੰਦੇ ਹਾਂ ਜ਼ਰੂਰ ਵੀ ਜੋ ਸ਼ਹਿਰ ਦਾ ਇਸ ਟਾਈਮ ਦੇ ਉੱਤੇ ਸੜਕਾਂ ਦਾ ਬੁਰਾ ਹਾਲ ਹੈ ਸਾਡੇ ਕਮੇਟੀ ਦੇ ਵਿੱਚ ਦਫ਼ਤਰ ਦਾ ਜਿਹੜਾ ਸਾਡਾ ਬੁਰਾ ਹਾਲ ਹੈਗਾ ਅਤੇ ਸਾਡੀਆਂ ਸਟਰੀਟ ਲਾਈਟਾਂ ਦਾ ਸਫਾਈ ਦਾ ਬੁਰਾ ਹਾਲ ਹੈ ਅਸੀਂ ਇਹਨਾਂ ਦੇ ਉੱਤੇ ਜਿਹੜਾ ਹੈਗਾ ਪਹਿਲ ਦੇ ਆਧਾਰ ਦੇ ਉੱਤੇ ਅਸੀਂ ਧਿਆਨ ਦੇਣਾ ਸਾਰੇ ਕੌਂਸਲਰਾਂ ਦਾ ਧੰਨਵਾਦ ਜੀ ਬਹੁਤ ਵਧੀਆ ਢੰਗ ਨਾਲ ਚੋਣ ਹੋਈ ਹੈ ਜੀ ਬਹੁਤ ਵਧੀਆ ਆਪਣੇ ਅਫਸਰਾਂ ਨੇ ਮੁਲਾਜ਼ਮਾਂ ਨੇ ਬਹੁਤ ਵਧੀਆ ਆਪਦੀ ਡਿਊਟੀ ਨਿਭਾਈ ਐਡੀ ਸਾਹਿਬ ਨੇ ਬਹੁਤ ਵਧੀਆ ਢੰਗ ਨਾਲ ਅਤੇ ਬਹੁਤ ਵਧੀਆ ਕਾਨੂੰਨ ਨਾਲ ਜਿਵੇਂ ਚੋਣ ਕਰਾਈ ਜੀ ਇਹਦਾ ਵਧੀਆ ਤਰੀਕਾ ਵਧੀਆ ਢੰਗ ਨਾਲ ਹੋਈ ਜਿਹੜਾ ਕੋਈ ਆਪਾਂ ਨੂੰ ਮਾਣ ਬਖਸ਼ਿਆ ਜੀ ਇਹ ਮਾਣ 'ਤੇ ਆਪਾਂ ਖਰੇ ਉਤਰਾਂਗੇ ਜੋ ਵੀ ਸ਼ਹਿਰ ਦੇ ਕੰਮ ਨੇ ਉਹ ਰੋਕੇ ਹੋਏ ਕੰਮ ਨੇ ਮਾਨਸਾ ਤੋਂ ਜਗਦੀਸ਼ ਬਾਂਸਲ ਦੀ ਰਿਪੋਰਟ ਚੈਨਲ 2